ਇਸ ਵੇਲੇ ਦੀ ਅਹਿਮ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਹੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਹਰ ਇੱਕ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕੀ ਕਾਂਗਰਸ ਹੋਵੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੇ ਨਾਲ ਅਹਿਮ ਮੀਟਿੰਗ ਸੱਦੀ ਗਈ ਸੀ ਅੱਜ ਸ਼ਾਮ ਨੂੰ 4 ਵਜੇ ਮੀਟਿੰਗ ਹੋਣੀ ਸੀ ਉਹ ਮੀਟਿੰਗ ਕੈਨਸਲ ਕਰ ਦਿੱਤੀ ਗਈ ਹੈ ਤੇ ਕੱਲ ਸ਼ਾਮ ਨੂੰ ਉਹ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਪਿੱਛੇ ਕੈਨਸਲ ਹੋਣ ਦੇ ਕਾਰਨ ਕੀ ਨੇ ਆਖਰ ਕਿਉਂ ਮੀਟਿੰਗ ਕੈਨਸਲ ਕੀਤੀ ਗਈ ਹੈ ਨਵੀਂ ਮੀਟਿੰਗ ਕਦੋਂ ਹੋਵੇਗੀ ਇਸ ਦੇ ਲਈ ਚਰਚਾ ਕਰਨ ਦੇ ਲਈ ਸਾਡੇ ਸਹਿਯੋਗੀ ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਜੀ ਮੀਟਿੰਗ ਹੋਣੀ ਸੀ ਅੱਜ ਸ਼ਾਮ ਨੂੰ ਸੱਦੀ ਗਈ ਸੀ ਮੀਟਿੰਗ ਪਰ ਇਹ ਮੀਟਿੰਗ ਹੁਣ ਕੈਨਸਲ ਕਰ ਦਿੱਤੀ ਕਾਰਨ ਕੀ ਰਹੇ ਅਸਲ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਜਿਹੜੀ ਕਮੇਟੀਆਂ ਬਣਾਈਆਂ ਗਈਆਂ ਜ਼ਿਲ੍ਹਾ ਪ੍ਰਧਾਨ ਵੀ ਨਵੇਂ ਲਾਏ ਗਏ ਨੇ ਸੰਗਠਨ ਦੇ ਵਿੱਚ ਵੀ ਜਿਹੜਾ ਇਹ ਢਾਂਚਾ ਵਿਸਥਾਰ ਕੀਤਾ ਹੁਣ ਨਵਜੋਤ ਸਿੰਘ ਸਿੱਧੂ ਪ੍ਰਧਾਨ ਨੇ ਤੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਆ ਮੀਟਿੰਗ ਸੱਦੀ ਗਈ ਸੀ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਜਿਹੜੀ ਇਹ ਮੀਟਿੰਗ ਹੋਣੀ ਸੀਗੀ ਅੱਜ 4 ਵਜ ਤੋਂ ਬਾਅਦ ਨਾਲ ਹੀ ਨਾਲ ਇਹ ਖਬਰ ਆਈ ਕਿ ਚੋਣ ਕਮੇਟੀ ਦੀ ਮੀਟਿੰਗ ਵੀ ਹੈ ਸੁਨੀਲ ਜਾਖੜ ਚੋਣ ਕਮਿਟੀ ਦੇ ਜਿਹੜੇ ਆ ਉਹ ਚੇਅਰਮੈਨ ਹੈ ਚੋਣ ਕੈਂਪੇਨ ਕਮੇਟੀ ਮਾਫ ਕਰਨਾ ਚੋਣ ਕੈਂਪੇਨ ਕਮੇਟੀ ਦੀ ਜਿਹੜੀ ਮੀਟਿੰਗ ਸੀ ਅੱਜ 11 ਵਜੇ ਸੁਨੀਲ ਜਾਖੜ ਦੇ ਵੱਲੋਂ ਸੱਦੀ ਗਈ ਸੀ ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਵੀ ਮੌਜੂਦ ਹੋਣਾ ਰਹਿਣਾ ਸੀਗਾ ਤੇ ਇਸੇ ਕਰਕੇ ਅੱਜ ਸਵੇਰੇ 11 ਵਜੇ ਜਦੋਂ ਮੀਟਿੰਗ ਦੇ ਵਿੱਚ ਜਾਂਦੇ ਹੋਏ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਕੇ ਗਏ ਸੀ ਕਿ ਅੱਜ ਦੀ ਇਹ ਮੀਟਿੰਗ ਬੜੀ ਅਹਿਮ ਯਾਨੀ ਮੀਟਿੰਗ ਹੈ ਸਾਫ ਤੌਰ ਤੇ ਉਹ ਦੱਸ ਕੇ ਗਏ ਸੀ ਉਮੀਦ ਕੀਤੀ ਜਾ ਤਾ ਫਿਰ ਇਸੇ ਕਰਕੇ ਸ਼ਾਇਦ ਅੰਦਰ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਇਹ ਮੀਟਿੰਗ ਹੋਰ ਜ਼ਿਆਦਾ ਚਰਚਾ ਜਿਹੜੀ ਚੱਲ ਸਕਦੀ ਹੈ ਲੰਬੀ ਚੱਲ ਸਕਦੀ ਹੈ ਜਾਂ ਇਸ ਮੀਟਿੰਗ ਤੋਂ ਬਾਅਦ ਅੱਗੇ ਕੀ ਕਰਨਾ ਇਸ ਸੰਦਰਭ ਦੇ ਵਿੱਚ ਇਸੇ ਕਰਕੇ ਉਹਨਾਂ ਨੇ ਜਿਹੜਾ ਹੈਗਾ ਸ਼ਾਇਦ ਇਹ ਮੀਟਿੰਗ ਇਸੇ ਕਰਕੇ ਕੈਂਸਲ ਕੀਤੀ ਤੇ ਹੁਣ ਇਸ ਮੀਟਿੰਗ ਦਾ ਜਿਹੜਾ ਸਮਾਂ ਉਹ ਕੱਲ ਸ਼ਾਮ 5 ਵਜੇ ਦਾ ਰੱਖ ਦਿੱਤਾ ਗਿਆ ਪਹਿਲਾਂ ਇਹ ਮੀਟਿੰਗ ਅੱਜ 4 ਵਜੇ ਹੋਣੀ ਸੀ ਹੁਣ ਇਹ ਮੀਟਿੰਗ ਯਾਨੀ ਕਿ ਕੱਲ ਨੂੰ ਸ਼ਾਮ 16 ਦਸੰਬਰ ਨੂੰ ਸ਼ਾਮ ਨੂੰ 5 ਵਜੇ ਹੋਊਗੀ ਕਿਉਂਕਿ ਅੱਜ ਜਿਹੜੀ ਸੁਨੀਲ ਜਾਖੜ ਦੇ ਨਾਲ ਚੋਣ ਕੈਂਪੇਨ ਕਮੇਟੀ ਦੀ ਮੀਟਿੰਗ ਹੈ ਉਹ ਥੋੜੀ ਲ ਇਸ ਕਰਕੇ ਸ਼ਾਇਦ ਹੀ ਕੈਨਸਲ ਕੀਤੀ ਗਈ। ਸੁਵਿੰਦਰ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਚੋਣ ਕੰਪੇਨ ਕਮੇਟੀ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਅੱਜ ਲੰਬੀ ਚੱਲਣ ਵਾਲੀ ਆ ਉਸ ਦੇ ਬਾਅਦ ਕੀ ਹੋ ਸਕਦਾ ਕਿ ਕਾਂਗਰਸ ਜਿਹੜੀਆਂ ਕੁਝ ਉਮੀਦਵਾਰਾਂ ਦਾ ਐਲਾਨ ਵੀ ਕਰ ਸਕਦੀ ਆ ਸੀਟਾਂ ਨੂੰ ਲੈ ਕੇ ਸਾਰੀ ਚਰਚਾ ਹੋਵੇਗੀ ਮੀਟਿੰਗ ਦੇ ਵਿੱਚ ਰਹਿਣ ਕੀ ਵਾਲਾ ਨਹੀਂ ਇਹ ਤਾਂ ਹਲੇ ਕੰਪੇਨ ਨੂੰ ਹੀ ਲੈ ਕੇ ਇਹਦੇ ਵਿੱਚ ਤਾਂ ਚਰਚਾ ਹੋਊ ਕਿਉਂਕਿ ਇਹ ਚੋਣ ਕੰਪੇਨ ਕਮੇਟੀ ਨਾਮ ਹੀ ਇਹਦਾ ਹੀ ਹੈ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਤਾਂ ਇਹ ਜੀ ਕੋਈ ਹਲੇ ਅਨਾਉਂਸਮੈਂਟ ਮੈਨੂੰ ਨਹੀਂ ਲੱਗਦਾ ਕਿ ਹੋਊਗੀ ਕਿਉਂਕਿ ਹਲੇ ਤਾਂ ਪੂਰੀ ਜੋਰ ਜਮਾਈ ਚੜੀ ਆ ਉਹ ਕੀਤੀ ਜਾ ਰਹੀ ਹੈ ਹਲੇ ਤਾਂ ਸਰਵੇ ਚੱਲ ਰਹੇ ਨੇ ਹਲੇ ਤਾਂ ਆਪਸ ਦੇ ਵਿੱਚ ਵੀ ਇਹਨਾਂ ਦੀ ਸਹਿਮਤੀ ਨਹੀਂ ਬਣੀ ਕਿ ਕਿਹਨੂੰ ਟਿਕਟ ਮਿਲਣੀ ਹੈ ਜਾਂ ਨਹੀਂ ਮਿਲਣੀ ਕਿਉਂਕਿ ਹਲੇ ਤਾਂ ਨਵਜੋਤ ਸਿੱਧੂ ਨੂੰ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਜਾ ਕੇ ਕੁਝ ਉਮੀਦਵਾਰਾਂ ਦੇ ਨਾਮ ਅਨਾਉਂਸ ਕਰੇ ਆਉਂਦੇ ਆ ਕਿ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਮੰਤਰੀ ਤੱਕ ਬਣਾਇਆ ਜਾਊਗਾ ਪਰ ਹੁਣ ਖਬਰਾਂ ਵਿੱਚੋਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਹਾਈ ਕਮਾਂਡ ਉਹਨਾਂ ਬੰਦ ਦੀ ਚਾਹੇਓ ਦਰਸ਼ਨ ਮਰਾੜ ਹੋਣ ਚਾਹੇ ਉਹ ਫਤਿਹ ਜੰਗ ਸਿੰਘ ਬਾਜਵਾ ਹੋਣ ਤਾਂ ਉਹ ਲੋਕਾਂ ਨੂੰ ਟਿਕਣਾ ਸ਼ਾਇਦ ਨਹੀਂ ਦਿੱਤੀਆਂ ਜਾਣਗੀਆਂ ਬੇਸ਼ੱਕ ਨਵਜੋਤ ਸਿੰਘ ਸਿੱਧੂ ਉੱਥੇ ਜਾ ਕੇ ਕਰੇ ਪਰ ਇੱਥੇ ਇਹ ਗੱਲ ਕਹਿ ਸਕਦੇ ਆਂ ਵੀ ਟਿਕਟਾਂ ਨੂੰ ਲੈ ਕੇ ਚਰਚਾ ਹੋ ਸਕਦੀ ਆ ਕਿਉਂਕਿ ਬਹੁਤ ਸਾਰੇ ਸੀਨੀਅਰ ਲੀਡਰ ਨੇ ਇਹਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਈ ਤਰੀਕੇ ਦੇ ਸੀਐਮ ਚਾ ਜਿਵੇਂ ਚਰਨਜੀਤ ਸਿੰਘ ਚੰਨੀ ਹੋਗੇ ਅਰੀ ਚੌਧਰੀ ਹੋਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੋਗੇ ਹੋਰ ਵੀ ਬਹੁਤ ਸਾਰੇ ਲੀਡਰ ਇਹਦੇ ਵਿੱਚ ਸ਼ਾਮਲ ਹੋਣਗੇ ਇਸ ਚੋਣ ਕੈਂਪੇਨ ਕਮੇਟੀ ਦੇ ਵਿੱਚ ਤੇ ਉਹਨਾਂ ਸਾਰਿਆਂ ਨਾਲ ਰਲ ਕੇ ਜ਼ਿਲ੍ਹਾ ਵਾਈਜ਼ ਜਾਂ ਆਪਾਂ ਕਹ ਦਈਏ ਜਾਂ ਫਿਰ ਪੂਰੇ ਪੰਜਾਬ ਦੇ ਉੱਪਰ ਚਰਚਾ ਹੋ ਸਕਦੀ ਹੈ ਕਿ ਕੈਂਪੇਨ ਕਿਵੇਂ ਕਰਨੀ ਹੈ ਕਿਸ ਤਰੀਕੇ ਦੇ ਨਾਲ ਕੈਂਪੇਨ ਹੋਣੀ ਚਾਹੀਦੀ ਹੈ ਤੇ ਨਾਲ ਹੀ ਨਾਲ ਉਮੀਦਵਾਰਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਪਰ ਅਨਾਉਂਸਮੈਂਟ ਨਹੀਂ ਆਪਾਂ ਕਹਿ ਸਕਦੇ ਕੀ ਲੱਗਦਾ ਜਿਹੜੀ ਦੇਰੀ ਹੋ ਰਹੀ ਆ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਵੀ 40 ਤੋਂ ਵੱਧ ਜਿਹੜੇ ਉਮੀਦ ਤੇ ਅਕਾਲੀ ਦਲ ਨੇ ਤਾਂ ਸ਼ੁਰੂ ਤੋਂ ਹੀ ਜ਼ੋਰ ਲਗਾਇਆ ਹੋਇਆ ਉਮੀਦਵਾਰ ਐਲਾਨਣ ਤੋਂ ਪਤਾ ਨਹੀਂ ਸ਼ਾਇਦ ਅਕਾਲੀ ਦਲ ਨੂੰ ਕਿਸ ਚੀਜ਼ ਦਾ ਡਰ ਆ ਜਾਂ ਫਿਰ ਉਹ ਅੱਗੇ ਰਹਿਣਾ ਚਾਹੁੰਦੇ ਨੇ ਪਰ ਕਾਂਗਰਸ ਨੇ ਹਾਲੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ ਉਮੀਦਵਾਰ ਇਸ ਲਈ ਨਹੀਂ ਐਲਾਨਿਆ ਕਿਉਂਕਿ ਆਪਾਂ ਨੂੰ ਪਤਾ ਕਿ ਰਫੜ ਬਹੁਤ ਚੱਲ ਰਿਹਾ ਕਾਂਗਰਸ ਦੇ ਅੰਦਰ ਧੜਿਆਂ ਦੇ ਵਿੱਚ ਬੜਿਆਂ ਦੇ ਵਿੱਚ ਵੰਡੀ ਹੋਈ ਹੈ ਕਾਂਗਰਸ ਤੇ ਉਧਰੋਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਗਏ ਨੇ ਉਹ ਵੀ ਉਮੀਦ ਕਰ ਰਹੇ ਨੇ ਕਿ ਜਿਹੜੇ ਲੋਕਾਂ ਦੀ ਟਿਕਟ ਕੱਟੀ ਜਾਊਗੀ ਉਹ ਲੋਕ ਜਿਹੜੇ ਉਹਨਾਂ ਵਾਲੇ ਪਾਸੇ ਨੂੰ ਜਾਣਗੇ ਤਾਂ ਬੜੇ ਸੋਚ ਵਿਚਾਰ ਕੇ ਫੈਸਲਾ ਲਿਆ ਜਾਣਾ ਉਧਰ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਇੱਕ ਅਲੱਗ ਧੜਾ ਮਾਝਾ ਬ੍ਰਿਗੇਡ ਦਾ ਆਪਣਾ ਇੱਕ ਅਲੱਗ ਧੜਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਲੱਗ ਧੜਾ ਬਣਾ ਲਿਆ ਤਾਂ ਉਧਰ ਮਨਪ੍ਰੀਤ ਸਿੰਘ ਬਾਦਲ ਹੋਣੀ ਵੀ ਚੁੱਪਚੀਪੀਤੇ ਅੰਦਰ ਉਹ ਕਹਿੰਦੇ ਸੀਐਮ ਬਣ ਦੀ ਤਾਕਤ ਦੇ ਵਿੱਚ ਬੈਠੇ ਹੋਏ ਨੇ ਤਾਂ ਉਧਰ ਨਵਜੋਤ ਸਿੰਘ ਸਿੱਧੂ ਦਾ ਆਪਣਾ ਧੜਾ ਇਹ ਸਾਰੇ ਜਣੇ ਲੱਗੇ ਹੋਏ ਆ ਹਰੇਕ ਬੰਦਾ ਚਾਹੁੰਦਾ ਕਿ ਜੇ ਮੈਂ ਸੀਐਮ ਬਣਾ ਮੇਰੇ ਐਮਐਲਏ ਜ਼ਿਆਦਾ ਹੋਣ ਜੇ ਮੇਰੇ ਐਮਐਲਏ ਜ਼ਿਆਦਾ ਹੋਣਗੇ ਤਾਂ ਮੈਨੂੰ ਟਿਕਟਾਂ ਵੀ ਵਧ ਲੈਣੀਆਂ ਪੈਣਗੀਆਂ ਇਸ ਕਰਕੇ ਇਹ ਸਾਰੇ ਜਣੇ ਜੋਰ ਜਮਾਇਸ਼ ਕਰਨਗੇ ਤੇ ਜਿਹਦੀ ਟਿਕਟ ਕੱਟੀ ਗਈ ਉਹ ਭੱਜਣਗੇ ਵੀ ਤੇ ਜਿਹਦੇ ਧੜੇ ਨੂੰ ਟਿਕਟ ਕੱਟ ਦਿੱਤੀਆਂ ਜਾਣਗੀਆਂ ਉਹ ਵੀ ਜਿਹੜੇ ਗੁੱਸੇ ਗਲੇ ਹੋਣਗੇ ਤਾਂ ਇਸ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਹੋਏ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇੱਕ ਉਹਨਾਂ ਦੇ ਇੱਕ ਤਾਂ ਇੱਕ ਪਾਰਟੀ ਦੇ ਅੰਦਰ ਕਲੇਸ਼ ਚੱਲ ਰਿਹਾ ਹੈ ਕਾਂਗਰਸ ਦੇ ਅੰਦਰ ਤੇ ਦੂਜਾ ਵਾਅਦਾ ਖਿਲਾਫ ਇਹਨੂੰ ਲੈ ਕੇ ਲੋਕਾਂ ਦੇ ਅੰਦਰ ਗੁੱਸਾ ਵੀ ਹੈਗਾ ਤੇ ਉੱਪਰ ਉਹਨਾਂ ਦੇ ਵੱਖ-ਵੱਖ ਵਿਧਾਇਕਾਂ ਦੇ ਉੱਪਰ ਮੰਤਰੀਆਂ ਦੇ ਉੱਪਰ ਕਈ ਤਰੀਕੇ ਦੇ ਕਰਪਸ਼ਨ ਨੂੰ ਲੈ ਕੇ ਜਾਂ ਮਾਫੀਆ ਨੂੰ ਲੈ ਕੇ ਕਈ ਤਰੀਕੇ ਦੇ ਇਲਜ਼ਾਮ ਵੀ ਲੱਗੇ ਹੋਏ ਆ ਤਾਂ ਇਹ ਵੀ ਦੇਖਣਾ ਕਿ ਕਿਹੜਾ ਸਾਡਾ ਵਿਧਾਇਕ ਜਾਂ ਮੰਤਰੀ ਦੁਬਾਰਾ ਚੋਣ ਜਿੱਤ ਸਕਦਾ ਕਿਹੜਾ ਜਿਹੜਾ ਮੰਤਰੀ ਜਾਂ ਵਿਧਾਇਕ ਜਿਹਦਾ ਚੋਣ ਹਲਕਾ ਬਦਲ ਕੇ ਉਹਨ ਦਤਾਇਆ ਜਾ ਸਕਦਾ ਜਾਂ ਫਿਰ ਕਿਹੜੇ ਹਲਕੇ ਦੇ ਵਿੱਚ ਕਿਹੜਾ ਉਮੀਦਵਾਰ ਉਤਾਰਿਆ ਜਾਣਾ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਪਰ ਉਸ ਤੋਂ ਪਹਿਲਾਂ ਕਲੇਸ਼ ਦੇ ਉੱਪਰ ਜਿਹੜੀ ਟੇਕ ਲੱਗੀ ਹੋਈ ਹੈ ਕਿ ਕਲੇਸ਼ ਖਤਮ ਕਿਵੇਂ ਹੋਊਗਾ ਇਸ ਕਰਕੇ ਜਿਵੇਂ ਕਲੇਸ਼ ਖਤਮ ਹੋਊਗਾ ਜਿਵੇਂ ਇਹ ਲੋਕਾਂ ਦੀ ਆਪਸ ਦੇ ਵਿੱਚ ਸਹਿਮਤੀ ਬਣੂਗੀ ਹੁਣ ਜਿਵੇਂ ਪ੍ਰਤਾਪ ਸਿੰਘ ਬਾਜਵਾ ਦਾ ਕਲੇਸ਼ ਸੀਗਾ ਉਹਨਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾਤਾ ਤੇ ਸੁਨੀਲ ਜਾਖੜ ਦਾ ਕਲੇਸ਼ ਸੀਗਾ ਉਹਨਾਂ ਨੂੰ ਜਾ ਕੇ ਚੋਣ ਕੰਪੇਨ ਕਮੇਟੀ ਦਾ ਚੇਅਰਮੈਨ ਲਾਤਾ ਸਿੱਧੂ ਨੂੰ ਔਰ ਜਿਹੜੀ ਚੋਣ ਚੋਣ ਕਮੇਟੀ ਹੈ ਜਿਹੜੀ ਉਹਦਾ ਜਿਹੜੇ ਪੈਨਲ ਨੇ ਗਠਨ ਕੀਤਾ ਵਾ ਉਹ ਉਹਦਾ ਕੰਮ ਇਹ ਆ ਕਿ ਟਿਕਟਾਂ ਦੇਣੀਆਂ ਕਿਹਨੂੰ ਆ ਟਿਕਟਾਂ ਦੇ ਉੱਪਰ ਜਿਹੜਾ ਕਰਨਾ ਉਹਦਾ ਸਿੱਧੂ ਨੂੰ ਲਾ ਚੇਅਰਮੈਨ ਲਾਇਆ ਗਿਆ ਤਾਂ ਸਾਰਿਆਂ ਨੂੰ ਵੱਖ-ਵੱਖਰੀ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਤਾਂ ਜੇ ਤਾਂ ਜੋ ਬੰਦਾ ਕੋਈ ਨਾਰਾਜ਼ ਨਾ ਹੋਵੇ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਤਾਂ ਸਾਰਿਆਂ ਦੇ ਵੱਲੋਂ ਕੀਤੀ ਗਈ ਆ ਕਿ ਕੋਈ ਵੀ ਬੰਦਾ ਜਿਹੜਾ ਸਾਡਾ ਨਾਰਾਜ਼ ਨਾ ਹੋਵੇ ਤਾਂ ਹੁਣ ਸਾਰਿਆਂ ਦੀ ਨਾਜਿੱਗੀ ਦੂਰ ਕਰਕੇ ਤਾਂ ਦੇਖਣੇ ਪਊਗੇ ਵੀ ਕੌਣ ਕਿੰਨੀਆਂ ਟਿਕਟਾਂ ਲੈ ਕੇ ਜਾਂਦਾ ਤਾਂ ਫਿਰ ਉਦੋਂ ਬਾਅਦ ਚੋ ਜਾ ਕੇ ਪਤਾ ਲੱਗੂਗਾ ਵੀ ਟਿਕਟ ਟੱਕਾਦੂ ਹੋਣਗੀਆਂ ਇਸੇ ਚੱਕਰ ਤੇ ਕਲੇਸ਼ ਦੇ ਕਰਕੇ ਆਪਸ ਦੀ ਧੜਾਬੰਦੀ ਦੇ ਕਰਕੇ ਹੀ ਜਿਹੜੀ ਆ ਇਹ ਲੇਟ ਹੋ ਜਾਏ ਜਾਂ ਹੋ ਲੇਟ ਹੋ ਰਹੀਆਂ ਨੇ ਜਿਹੜੀ ਹਾਈ ਕਮਾਂਡ ਆ ਉਹ ਸਿਰਫ ਇਹ ਗੱਲਾਂ ਸੋਚ ਰਹੀ ਆ ਕਿ ਪਹਿਲਾਂ ਇਹਨਾਂ ਦੀ ਧੜੇਬੰਦੀ ਖਤਮ ਕੀਤੀ ਜਾਵੇ ਪਹਿਲਾਂ ਇੱਕ ਸਪੀਡ ਦੇ ਵਿੱਚ ਉਹਨੂੰ ਲਿਆਂਦਾ ਜਾਵੇ ਕਿ ਭਾਈ ਅਸੀਂ ਜਿੱਤਣਾ ਟਿਕਟ ਜਿਹਨੂੰ ਮਰਜ਼ੀ ਮਿਲੇ ਸਰਕਾਰ ਬਣਾਉਣੀ ਆ ਸੀ ਫਿਰ ਉਦੋਂ ਬਾਅਦ ਚੋ ਦੇਖ ਲਾਂ ਲੱਗੀ ਹੋਈ ਆ ਹਾਈ ਕਮਾਂਡ ਉਸ ਤੋਂ ਬਾਅਦ ਟਿਕਟਮ ਮੇਰੇ ਕੋਲ ਚ ਐਨਾਉਂਸਮੈਂਟ ਕਰੂ ਇੱਕ ਹੋਰ ਚੀਜ਼ ਦੇਖੀ ਆ ਜਿਹੜੇ ਹੁਣ ਕਲਾਕਾਰ ਕਲਾਕਾਰਾਂ ਨੂੰ ਕਾਫੀ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਆ ਜਾਂ ਫਿਰ ਕਹੀਏ ਕਿ ਕਲਾਕਾਰਾਂ ਦਾ ਖੁਦਰ ਜਾਣ ਇਸ ਵੱਲ ਨੂੰ ਆ ਰਹਾਗਾ ਜੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਅਨਮੋਲ ਗਗਨਮਾਨ ਹੈ ਬਲਕਾਰ ਸਿੱਧੂ ਆ ਕਾਂਗਰਸ ਨੇ ਸਿੱਧੂ ਮੂਸੇ ਵਾਲੇ ਨੂੰ ਤੇ ਬਿੱਤੇ ਦੀ ਨੀ ਜਿਹੜੇ ਕੈਪਟਨ ਦੀ ਨਵੀਂ ਪਾਰਟੀ ਬਣਾਈ ਗਿਆ ਕਾਂਗਰਸ ਲੋਕਨ ਪਾਰਟੀ ਜਿਹੜੀ ਆ ਕੈਪਟਨ ਦੀ ਉਸ ਪਾਰਟੀ ਦੇ ਵਿੱਚ ਵੀ ਕਈ ਕਲਾਕਾਰ ਜਿਹੜੇ ਨੇ ਸ਼ਾਮਿਲ ਹੋਏ ਨੇ ਜਿਵੇਂ ਕਮਲ ਖਾਨ ਹੋਰੀ ਹੋਗੇ ਕਾਫੀ ਕਲਾਕਾਰ ਵੀ ਤੇਨ ਸ਼ਾਮਿਲ ਹੋਏ ਕਲਾਕਾਰਾਂ ਦਾ ਇਸ ਪਾਸੇ ਨੂੰ ਰੁਝਾਨ ਲਿਆਉਣਾ ਇੱਕ ਸਿਆਸੀ ਲਾਹਾ ਲੈਣਾ ਜਾਂ ਫਿਰ ਖੁਦ ਕਲਾਕਾਰ ਇਸ ਪਾਸੇ ਨੂੰ ਭੱਜ ਰਹੇ ਨੇ ਨਹੀਂ ਲਾਹਾ ਲੈਣਾ ਹੀ ਆ ਤੁਸੀਂ ਤਾਂ ਬੜੀ ਉਰੇ ਦੀ ਗੱਲ ਕਰਦੇ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਉਸ ਤੋਂ ਪਹਿਲਾਂ ਆਪਾਂ ਦੇਖੀਏ ਪੰਜਾਬ ਦੇ ਅੰਦਰ ਭਾਜਪੀ ਨੇ ਵਿਨੋਦ ਕੰਨਾ ਹੋਰਾਂ ਨੂੰ ਹੋਰ ਵੀ ਬਤੇਰੇ ਸਿੰਗਰ ਆ ਜਿਵੇਂ ਆਪਾਂ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸੀ ਅਨਮੋਲ ਗਨਮਾਨ ਹੋਣਾ ਤੋ ਵੀ ਤੇ ਮੁਹੰਮਦ ਸਦੀਕ ਹੁਣੀ ਨੇ ਹੰਸ ਰਾਜ ਹੁਣੀ ਨੇ ਹੋਰ ਵੀ ਬਹੁਤ ਸਾਰੇ ਕਲਾਕਾਰ ਆਪਾਂ ਹੈਗੇ ਦੇਖਿਆ ਰੁਝਾਨ ਜਿਆਦਾ ਇਹ ਕਲਾਕਾਰਾਂ ਨੂੰ ਲਿਆਉਣ ਦਾ ਰੁਝਾਨ ਜਿਹੜਾ ਭਾਜਪੀ ਨੇ ਪਾਇਆ ਤਾਂ ਜੋ ਹਾਂ 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 ਹੁਣ ਕਿਉਂਕਿ ਦੇਖੋ ਦੇਖ ਫਿਰ ਜਿਆਦਾ ਹੋ ਗਿਆ ਬੀਜੇਪੀ ਜਿਹੜੀ ਇਹ ਹੀ ਚੀਜ਼ਾਂ ਖੇਡਦੀ ਆ ਰਹੀ ਹੈ ਕਿ ਜਿਵੇਂ ਸਨੀ ਦਿਓਰ ਨੂੰ ਉਤਾਰਤਾ ਵਿਨੋਦ ਖੰਨੇ ਨੂੰ ਉਤਾਰਤਾ ਹਿਮਾ ਮਾਲਨੀ ਤਰਮਿੰਦਰ ਸਾਰਿਆਂ ਨੂੰ ਉਤਾਰਤਾ ਜਾਨੀ ਉਹਨਾਂ ਦੀ ਫੈਨ ਫੋਲੋਇੰਗ ਨੂੰ ਆਪਣੇ ਆਪਣੇ ਵੱਲ ਕਰਨ ਵਾਲੀ ਗੱਲ ਜਿਹੜੀ ਹੈਗੀ ਆ ਕਿ ਅਸੀਂ ਚੋਣਾਂ ਦੇ ਵਿੱਚ ਹਰ ਤਰੀਕੇ ਦਾ ਜਿਹੜਾ ਹਤਕੰਡਾ ਅਪਣਾਉਣ ਵਾਲੀ ਗੱਲ ਹੈ ਤਾਂ ਉਹਨੂੰ ਦੇਖੋ ਦੇਖ ਫਿਰ ਬਾਕੀ ਬਾਕੀ ਪਾਰਟੀਆਂ ਵੀ ਚੱਲ ਪਈਆਂ ਹੁਣ ਨੌਜਵਾਨਾਂ ਦੇ ਵਿੱਚ ਅੰਦਰ ਇਹ ਵੀ ਹੋਇਆ ਕਿ ਕਈਆਂ ਨੂੰ ਇਹ ਵੀ ਹੋ ਜਾਂਦਾ ਕਿ ਸਾਡਾ ਕੈਰੀਅਰ ਪਤਾ ਨਹੀਂ ਕਿੰਨੀ ਦੇਰ ਚੱਲਣਾ ਜਾਂ ਨਹੀਂ ਚੱਲਣਾ ਸਿਆਸਤ ਵਾਲੇ ਪਾਸੇ ਆ ਜੋ ਇੰਦਰ ਪੈਸੇ ਉਹਨਾਂ ਨੂੰ ਉਹ ਵੀ ਚੀਜ਼ਾਂ ਹੈਗੀਆਂ ਨੇ ਆਪਾਂ ਸੋਚੀਏ ਵੀ ਇਹ ਕਲਾਕਾਰਾਂ ਦੇ ਆਉਣ ਦੇ ਨਾਲ ਸਿਆਸਤ ਦੇ ਵਿੱਚ ਕੋਈ ਬਦਲਾਅ ਆ ਜਾਊਗਾ ਇਹ ਦੀ ਉਮੀਦ ਹੈ ਨਹੀਂਗੀ ਹੂੰ ਸੋ ਬਿਲਕੁਲ ਧੰਨਵਾਦ ਜੀ ਬਹੁਤ-ਬਹੁਤ ਸੋ ਬਿਲਕੁਲ ਕਲਾਕਾਰਾਂ ਨੂੰ ਜਿਹੜਾ ਇਸ ਪਾਸੇ ਲਿਆਂਦਾ ਜਾ ਰਿਹਾ ਤੇ ਇਹ ਗੱਲ ਕੀਤੀ ਸੀ ਅਸੀਂ ਸ਼ੁਰੂਆਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਰਾਂ ਦੀ ਜਿਹੜੀ ਮੀਟਿੰਗ ਹੋਣੀ ਸੀ ਉਹ ਮੀਟਿੰਗ ਅੱਜ ਹੌਣ ਦੀ ਬਜਾਏ ਕੱਲ ਸ਼ਾਮ ਦਾ ਸਮਾਂ ਰੱਖਿਆ ਗਿਆ ਕਿਉਂਕਿ ਹੋਰ ਜਿਹੜੀ ਹੈ ਅੱਜ ਇੱਕ ਸੁਨੀਲ ਜਾਖੜ ਦੇ ਵੱਲੋਂ ਮੀਟਿੰਗ ਬੁਲਾਈ ਗਈ ਆ ਸੁਨੀਲ ਜਾਖੜ ਉਸ ਦੀ ਅਗਵਾਹੀ ਕਰ ਰਹੇ ਨੇ ਉਸ ਮੀਟਿੰਗ ਦੇ ਵਿੱਚ ਅਹਿਮ ਚਰਚਾ ਹੋਣ ਵਾਲੀ ਆ ਕਿਉਂਕਿ ਹਾਲੇ ਤੱਕ ਕਾਂਗਰਸ ਦੇ ਵੱਲੋਂ ਨਾ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹਾਲੇ ਤੱਕ ਇੱਕ ਰਣਨੀਤੀ ਹੀ ਬਣਾਈ ਜਾ ਰਹੀ ਆ ਕਿਉਂਕਿ ਕਾਂਗਰਸ ਦੇ ਵਿੱਚ ਕਾਫੀ ਸਮੇਂ ਤੋਂ ਅੰਦਰੂਨੀ ਜਿਹੜਾ ਕਲੇਸ਼ ਚੱਲ ਰਿਹਾ ਸੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਤੋਂ ਪਹਿਲਾਂ ਦਾ ਕਲੇਸ਼ ਸੀ ਉਹ ਕਲੇਸ਼ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਕਿ ਆਖਰ ਕਲੇਸ਼ ਖਤਮ ਹੋਵੇ ਤੇ ਉਸ ਤੋਂ ਬਾਅਦ ਚਰਨ ਤਾ ਜੋ ਇਹ ਕਲੇਸ਼ ਖਤਮ ਕੀਤਾ ਜਾ ਰਿਹਾ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਕੀ ਰਹਿਣ ਵਾਲਾ ਉਹ ਵੀ ਤੁਹਾਨੂੰ ਪਲ-ਪਲ ਦੀ ਅਸੀਂ ਅਪਡੇਟ ਦਿੰਦੇ ਰਹਾਂਗੇ ਲਗਾਤਾਰ ਬਣੇ ਰਹੋ ਵਿਨਿੰਗ ਪੰਜਾਬ ਦੇ ਨਾਲ